कादा खड़ा रिया जिड़ा मैदान बिच आउण तो डरे जिदे पले तले कख नहीं होवे बदनामी मूसेल जी करे इहदा टक पट दो जी इहनूं जेल भेज दो ओ इत्थों तक छोटी सोच है ओ जिहड़ियां गेमां तुसीं खेडदे हो ना उहनां गेमां दा तां मूसे वाला कोच है उहनां गेमां दा तां मूसे वाला कोच है पहली बार मिले जी इहनां नूं अज तक नहीं मिलिया नहीं सी इक हो गया इक लक्कू हो गया हां जी डेक इहने लवाया परचा तां इहदे ते वी बणदा बराबर ही चलना चाहिए इहनूं मैं गल पहलां कही आ सी वी तेरे ते वी बणदा हैगा ए भाई कंडे सारे तेरे बीजे हुण तू की सफाई दे कंडे नहीं बीजे सिरा लाया बाकी सारे भरावां नूं मेरे वीर मित्रां नूं खास करके संगरी वाले जिहड़े बेचारे भाई अपने साधू सिंह इंप्लीमेंट वाले ने जिउंदे वास्ते रहो वीरे तरक्कियां करो भाई जिन्हां ने खरीदणे हल हल पहुंचा करो इत्थे मैनूं सोहण लगे तसल्ली होके देख के सिद्धू मूसे वाले नूं चोण वाले ਇਹ ਜਿਹੜਾ ਸਾਊਥਲ ਵਾਲਾ ਹਿਟਰ ਹੈਗਾ ਅੰਕਲ ਇਹਨੇ ਜਸਵਿੰਦਰ ਬਰਾੜ ਜਿਸ ਦਾ ਇੱਕ ਸ਼ੇਰ ਬੰਬੀਹਾ ਗਾਣੇ ਦੇ ਵਿੱਚ ਲਿਆ ਗਿਆ ਉਸ ਬਾਰੇ ਵੀ ਬੜੀ ਮੰਦੀ ਸ਼ਬਦਾਵਲੀ ਯੂਜ਼ ਕੀਤੀ ਹੈ ਅਤੇ ਬਾਕੀ ਇਸਨੇ ਲੇਡੀਜ਼ ਬਾਰੇ ਵੀ ਬੜੀ ਮੰਦੀ ਸ਼ਬਦਾਵਲੀ ਯੂਜ਼ ਕੀਤੀ ਹੈ ਕਿ ਇਹਨਾਂ ਦੇ ਗੁੱਤ ਪਿੱਛੇ ਮੱਤ ਹੁੰਦੀ ਹੈ ਇਸ ਗਧੇ ਨੂੰ ਜਿੰਨੀਆਂ ਵੀ ਮੂਸੇ ਵਾਲੇ ਦੀਆਂ ਸਪੋਰਟਰ ਹੈਗੀਆਂ ਨੇ ਭੈਣਾਂ ਬੇਟੀਆਂ ਉਹ ਇਹਨੂੰ ਥੋੜ੍ਹਾ ਜਿਹਾ ਜਵਾਬ ਦਿਓ ਮੀਡੀਆ ਦੇ ਉੱਤੇ ਅਤੇ ਵੀ ਸਾਡੇ ਅਕਲ ਗੁੱਤ ਪਿੱਛੇ ਹੈਗੀ ਕਿੱਥੇ ਹੈਗੀ ਹੈ ਇਹ ਦਿਨ ਪੇ ਦਿਨ ਮੂੰਹ ਜ਼ਿਆਦਾ ਖੁੱਲ੍ਹੀ ਜਾਂਦਾ ਆਪਣਾ ਅਤੇ ਇਸ ਨੂੰ ਬੰਦ ਕਰਵਾਉਣਾ ਜ਼ਰੂਰੀ ਹੈ ਅਤੇ ਆਪਾਂ ਬੰਦ ਕਰਵਾ ਦਾਂਗੇ ਪਹਿਲਾਂ ਸੋਸ਼ਲ ਮੀਡੀਆ ਦੇ ਥਰੂ ਕਰਾਵਾਂਗੇ ਅਤੇ ਫਿਰ ਕੋਈ ਹੋਰ ਦੇਸੀ ਫਾਰਮੂਲਾ ਵੀ ਲਾਵਾਂਗੇ ਹਾਂ ਵੀ ਸਿੱਧੂ ਦੇ ਚਾਹੁਣ ਵਾਲਿਓ ਕੱਲ੍ਹ ਮੈਂ ਇੱਕ ਲੰਡਨ ਵਾਲੇ ਹੇਟਰ ਨੂੰ ਯੂਟਿਊਬ ਦੇ ਉੱਤੇ ਕਾਫੀ ਬਕਵਾਸ ਕਰਦੇ ਸੁਣਿਆ ਅਤੇ ਉਹ ਕਹਿੰਦਾ ਵੀ ਪੁਲਿਸ ਨੇ ਤਾਂ ਕੁਛ ਨਹੀਂ ਕੀਤਾ ਨਾ ਹੀ ਕੁਛ ਪੰਜਾਬ ਸਰਕਾਰ ਨੇ ਕੀਤਾ ਵੀ ਹੁਣ ਤਾਂ ਅਸੀਂ ਦੋ ਚਾਰ ਦਿਨ ਦੇ ਵਿੱਚ ਡਾਂਗ ਫੇਰ ਦੇਣੀ ਹੈ ਅਤੇ ਆਪਾਂ ਉਡੀਕ ਕਰਦੇ ਹਾਂ ਉਹਦੀ ਵੀ ਉਹ ਡਾਂਗਾਂ ਵਾਲੇ ਉਹ ਤਾਂ ਕਿੱਥੋਂ ਆ ਰਹੇ ਨੇ ਅਤੇ ਫਿਰ ਦੇਖਾਂਗੇ ਉਹਨਾਂ ਨੂੰ ਵੀ ਡਾਂਗ ਫਿਰ ਉਹਨਾਂ ਵਾਲੀ ਚੱਲਣੀ ਹੈ ਕਿ ਆਪਣੇ ਵਾਲੀ ਚੱਲਣੀ ਹੈ ਸੋ ਉਸ ਕਰਕੇ ਭਰਾਵੋ ਹੁਣ ਤੁਸੀਂ ਵੀ ਆਪਣੇ ਡਾਂਗਾਂ ਡੂੰਗਾਂ ਨੂੰ ਤੇਲ ਲਾ ਕੇ ਰੱਖੋ ਅਤੇ ਫਿਰ ਦੇਖਦੇ ਹਾਂ ਆਪਾਂ ਕੀ ਬਣਦਾ ਅਤੇ ਬਾਕੀ ਸਿੱਧੂ ਦਾ ਤਾਂ ਬੰਬੀਹਾ ਬੁੱਕੀ ਜਾਂਦਾ ਹਲੇ ਜਿਸ ਪਾਸੇ ਵੀ ਲਾ ਲਓ ਬੰਬੀਹਾ ਹੀ ਬੰਬੀਹਾ ਵੱਜਦਾ ਅਤੇ ਬਾਕੀ ਹਲੇ ਕੋਈ ਐਡੀ ਆਪਣੇ ਖਿਲਾਫ਼ ਵਾਲੀ ਕੋਈ ਖਬਰ ਨਹੀਂ ਹੈਗੀ ਸਾਰਾ ਕੁਝ ਚੜ੍ਹਦੀ ਕਲਾ ਜੇ ਵਿੱਚ ਹੈਗਾ ਸਿੱਧੂ ਮੂਸੇ ਵਾਲੇ ਨੂੰ ਚਾਹੁਣ ਵਾਲਿਓ ਤੁਸੀਂ ਕਈ ਤਰ੍ਹਾਂ ਤੋਂ ਪੁੱਛ ਰਹੇ ਸੀਗੇ ਵੀ ਜ਼ਮਾਨਤ ਕੀ ਬਣਿਆ ਜ਼ਮਾਨਤ ਅੱਠ ਬੰਦਿਆਂ ਦੀ ਤਾਂ ਸੰਗਰੂਰ ਤੋਂ ਹੋ ਗਈ ਸੀਗੀ ਛੇਆਂ ਦੀ ਬਰਨਾਲੇ ਵਾਲੇ ਕੇਸ ਦੇ ਵਿੱਚ ਬਰਨਾਲੇ ਤੋਂ ਰਿਜੈਕਟ ਹੋਈ ਸੀ ਜੋ ਕਿ ਹਾਈ ਕੋਰਟ ਤੋਂ ਮਿਲ ਗਈ ਹੈ ਉਹਨਾਂ ਨੂੰ ਅਤੇ ਸਿੱਧੂ ਤਾਂ ਟਿੱਬਿਆਂ ਦੇ ਪੁੱਤ ਨੇ ਹਲੇ ਜ਼ਮਾਨਤ ਪਾਈ ਉਹ ਨਹੀਂ ਹੈਗੀ ਅਤੇ ਵਕੀਲ ਸਾਹਿਬ ਰਵੀ ਜੋਸ਼ੀ ਜੀ ਜਿਨ੍ਹਾਂ ਨੇ ਕੇਸ ਕੀਤਾ ਹੋਇਆ ਹੈਗਾ ਸਿੱਧੂ 'ਤੇ ਉਹ ਰੌਲਾ ਪਾਈ ਜਾਂਦੇ ਸੀ ਅਸੀਂ ਜੀ ਕੋਰਟ ਨੂੰ ਐਪਲੀਕੇਸ਼ਨ ਦਿੱਤੀ ਹੈ ਇਸ ਦਾ ਜੀ ਪਾਸਪੋਰਟ ਰੱਖ ਲਿਆ ਜਾਵੇ ਜੀ ਇਹ ਕਰ ਲਿਆ ਜਾਵੇ ਇਹ ਜੀ ਬਾਹਰ ਭੱਜ ਜਾਏਗਾ ਉਹ ਵਕੀਲ ਸਾਹਿਬ ਇਹਨੇ ਕਿਤੇ ਬਾਹਰ ਨਹੀਂ ਭੱਜਣਾ ਜੱਟ ਦੇ ਪੁੱਤ ਨੇ ਇਹ ਉੱਦਾਂ ਦਾ ਇੱਥੇ ਹੀ ਹੈ ਇਹ ਪਿੰਡੋਂ ਨਹੀਂ ਕਿਤੇ ਭੱਜਿਆ ਇਹਨੇ ਮੁਲਕ ਤੋਂ ਬਾਹਰ ਕੀ ਭੱਜਣਾ ਅਤੇ ਬਾਕੀ ਤਾਂ ਬੰਬੀਹਾ ਬੋਲੀ ਜਾਂਦਾ ਸਿੱਧੂ ਮੂਸੇ ਵਾਲੇ ਨੂੰ ਪਿਆਰ ਕਰਨ ਵਾਲਿਓ ਅੱਜ ਤੁਹਾਨੂੰ ਇੱਕ ਬੜੀ ਦਿਲਚਸਪ ਜਾਣਕਾਰੀ ਮੈਂ ਦੇਣੀ ਹੈ ਜਿਸ ਵਕੀਲ ਪਰਵਿੰਦਰ ਸਿੰਘ ਕੀਟਨਾ ਨੇ ਸਿੱਧੂ ਦੇ ਉੱਤੇ ਸੰਗਰੂਰ ਅਤੇ ਬਰਨਾਲਾ ਦੇ ਵਿੱਚ ਕੇਸ ਪਾਇਆ ਹੈ ਉਸ ਨੇ ਇੱਕ ਬੰਬੀਹਾ ਗਾਣੇ ਦੀ ਤਰਜ਼ ਦੇ ਵਿੱਚ ਇੱਕ ਚਿੱਠੀ ਲਿਖ ਕੇ ਡੀ ਜੀ ਪੀ ਪੰਜਾਬ ਦਿਨਕਰ ਗੁਪਤਾ ਜੀ ਨੂੰ ਭੇਜੀ ਹੈ ਅਤੇ ਗਾਣਾ ਪੜ੍ਹ ਕੇ ਇਹ ਲੱਗਦਾ ਹੈ ਵੀ ਵਕੀਲ ਸਾਹਿਬ ਵੀ ਮੇਰਾ ਖਿਆਲ ਹੈ ਕਿਤੇ ਆਪਣਾ ਕਿੱਤਾ ਛੱਡ ਕੇ ਹੁਣ ਸਿੱਧੂ ਦੇ ਕੰਪੀਟੀਸ਼ਨ ਦੇ ਵਿੱਚ ਕਿਤੇ ਗਾਉਣ ਹੀ ਨਾ ਲੱਗ ਜਾਣ ਇੰਡਸਟਰੀ ਦੇ ਵਿੱਚ ਆ ਕੇ ਅਤੇ ਮੈਂ ਉਹ ਗਾਣਾ ਤੁਹਾਨੂੰ ਪੜ੍ਹਨ ਵਾਸਤੇ ਆਪਣੇ ਯੂਟਿਊਬ ਚੈਨਲ 'ਤੇ ਪਾਵਾਂਗਾ ਅਤੇ ਮੈਂ ਆਪਣੇ ਯੂਟਿਊਬ ਚੈਨਲ ਦਾ ਪਤਾ ਇਸ ਵੀਡੀਓ ਦੇ ਹੇਠਾਂ ਪਾਵਾਂਗਾ ਅਤੇ ਅੱਜ ਦੀ ਤਾਂ ਇਹੀ ਬੜੀ ਖੁਸ਼ੀ ਵਾਲੀ ਖਬਰ ਸੀਗੀ ਸਤਿ ਸ਼੍ਰੀ ਅਕਾਲ ਜੀ ਸਾਹਿਬ ਨੂੰ ਤੁਹਾਡਾ ਆਪਣਾ ਸਿੱਧੂ ਮੂਸੇ ਵਾਲਾ ਅਤੇ ਅੱਜ ਭਰਾ ਮਿਲਿਆ ਆਪਾਂ ਨੂੰ ਮੇਜਰ ਰਾਜਸਥਾਨੀ ਜੀ ਦਾ ਬੇਟਾ ਅਤੇ ਵੀਰ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਅਤੇ ਪਰਮਾਤਮਾ ਕਰੇ ਵੀ